ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਕੰਸਲਟੈਂਸੀ ਜਗਰਾਓਂ ਤੋਂ। ਅੱਜ ਇੱਕ ਵੀਜ਼ਾ ਆਇਆ ਜੀ ਸੁਖਦੀਪ ਕੌਰ ਦੇੜਕੇ ਪਿੰਡ ਤੋਂ, ਉਹਨਾਂ ਦੇ ਫਾਦਰ ਸਾਹਿਬ ਇਕਬਾਲ ਸਿੰਘ ਜੀ ਸਾਡੇ ਨਾਲ ਨੇ। ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਤੁਹਾਡਾ ਐਕਸਪੀਰੀਅੰਸ ਸਾਡੇ ਨਾਲ ਵੈਨਿਊਰ ਇੰਗਲਿਸ਼ ਦੇ ਨਾਲ ਕਿੱਦਾਂ ਰਿਹਾ। ਸਰ, ਤੁਹਾਨੂੰ ਸ਼ੁਰੂ ਤੋਂ ਲੈ ਕੇ ਵੀਜ਼ਾ ਤੱਕ ਸਾਡੇ ਨਾਲ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਰਿਹਾ ਜੀ, ਕਿਵੇਂ ਅਸੀਂ ਨਵੇਂ ਬੰਦੇ ਸੀਗੇ, ਅਸੀਂ ਬਹੁਤ ਥਾਈ ਗਏ ਹਾਂ ਅਤੇ ਸਾਨੂੰ ਕੋਈ ਏਜੰਟ ਕੁਛ ਕਹਿੰਦਾ ਸੀ, ਕੋਈ ਕਹਿੰਦਾ ਜੇ ਫਾਰਮ ਬਣਾਓ, ਕੋਈ ਕਹਿੰਦਾ ਸੀ ਤੁਸੀਂ ਇਉਂ ਕਰੋ ਆਪਦਾ ਲੈ ਕੇ ਆਓ, ਟਰਨ ਭਰੀ ਆ ਤੁਸੀਂ ਨਹੀਂ ਭਰੀ, ਕੋਈ ਚੀਜ਼ ਨਹੀਂ ਤੁਸੀਂ ਲਗਾਈ, ਤੁਸੀਂ ਸਿੱਧਾ ਸਾਫ਼ ਕੰਮ ਕਰਿਆ ਜੀ, ਅਤੇ ਬਸ ਸਾਨੂੰ ਕੋਈ ਦਿੱਕਤ ਨਹੀਂ ਆਈ। ਚਲੋ, ਬਹੁਤ ਖੁਸ਼ੀ ਦੀ ਗੱਲ ਹੈ। ਸੋ ਸਾਰੇ ਸਟੂਡੈਂਟਸ ਨੂੰ ਔਰ ਪੇਰੈਂਟਸ ਨੂੰ ਮੈਂ ਕਹਿਣਾ ਚਾਹੂੰਗਾ ਕਿ ਫਰੈਸ਼ ਫਾਈਲ ਦੇ ਵਿੱਚ ਕਦੀ ਵੀ ਨਾ ਇਵੈਲੂਏਸ਼ਨ ਲਾਉਣ ਦੀ ਲੋੜ ਹੈ, ਨਾ ਜੇ ਫਾਰਮ ਲਾਉਣ ਦੀ ਲੋੜ ਹੈ, ਨਾ ਕੋਈ ਹੋਰ ਫਾਈਨੈਂਸ਼ੀਅਲ ਡਾਕੂਮੈਂਟ ਜਾਂ ਬੈਂਕ ਬੈਲੈਂਸ ਸਟੇਟਮੈਂਟਸ। ਬਹੁਤ ਸਾਰੇ ਕੰਸਲਟੈਂਟ ਸਿਰਫ ਇਹਨਾਂ ਚੀਜ਼ਾਂ ਤੋਂ ਪੈਸੇ ਬਣਾਉਣ ਦੇ ਲਈ ਇਹ ਚੀਜ਼ਾਂ ਪ੍ਰੋਡਿਊਸ ਕਰਦੇ, ਔਰ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਹੁੰਦਾ। ਅਨਨੈਸੈਸਰੀ ਡਾਕੂਮੈਂਟਸ ਕਦੀ ਵੀ ਐਮਬੈਸੀ ਨੂੰ ਨਹੀਂ ਦੇਣੇ ਚਾਹੀਦੇ ਜਿਨ੍ਹਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਹੈ। ਅਗਰ ਤੁਹਾਡਾ ਫਾਈਨੈਂਸ਼ੀਅਲ ਰਿਫਿਊਜ਼ਲ ਹੈ, ਐਮਬੈਸੀ ਕਹਿੰਦੀ ਹੈ ਕਿ ਤੁਹਾਡੇ ਕੋਲ ਫੰਡਸ ਰੈਲੀਵੈਂਟ ਨਹੀਂ ਹੈ, ਫਿਰ ਤੁਹਾਨੂੰ ਆਪਣੀ ਫਾਈਨੈਂਸ਼ੀਅਲ ਪਾਵਰ ਦਿਖਾਉਣ ਦੀ ਲੋੜ ਹੈ, ਅਦਰਵਾਈਜ਼ ਤੁਹਾਨੂੰ ਉਹ ਸੈਗਮੈਂਟ ਛੇੜਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਇੱਕ ਸਾਲ ਦੀ ਆਲਰੇਡੀ ਫੀਸ ਦੇ ਚੁੱਕੇ ਹੋ, ਜੀ ਆਈ ਸੀ ਭਰ ਚੁੱਕੇ। ਇਸ ਤੋਂ ਵੱਧ ਕੀ ਪਰੂਫ ਹੋਏਗਾ ਕਿ ਤੁਹਾਡੇ ਕੋਲ ਫੰਡਸ ਨਹੀਂ ਹੈਗੇ ਹੈ, ਠੀਕ ਹੈ ਨਾ? ਇਸ ਤੋਂ ਇਲਾਵਾ ਤਾਂ ਤੁਹਾਨੂੰ ਕੋਈ ਹੋਰ ਫੰਡ ਦਿਖਾਉਣ ਦੀ ਲੋੜ ਹੀ ਨਹੀਂ ਹੈ। ਅਤੇ ਇਹਨਾਂ ਦਾ ਵੀਜ਼ਾ ਆਇਆ ਜੀ, ਅਸੀਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ, ਅਤੇ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।